ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਲੋਕ ਸਭਾ ਹਲਕਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿੱਚ ਗੁਰਾਇਆਂ ਦੇ ਵਾਰਡ ਨੰਬਰ 9 ਦੀ ਕ੍ਰਿਸ਼ਨਾ ਕਲੋਨੀ ਵਿਖੇ ਭਰਵੀਂ ਮੀਟਿੰਗ ਕੀਤੀ ਗਈ। ਇਸ ਮੌਕੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਅਤੇ ਹਲਕਾ ਫਲੌਰ ਦੇ ਵਿਧਾਇਕ ਬਲਦੇਵ ਸਿੰਘ ਖਹਿਰਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਬੋਲਦਿਆਂ ਚਰਨਜੀਤ ਸਿੰਘ ਅਟਵਾਲ ਅਤੇ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਸੱਤਾ ਵਿੱਚ ਆਉਣ ਮੌਕੇ ਸੂਬੇ ਦੀ ਕਾਂਗਰਸ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ 2 ਸਾਲ ਬੀਤ ਜਾਣ ਮਗਰੋਂ ਵੀ ਪੂਰਾ ਨਹੀਂ ਕੀਤਾ ਗਿਆ, ਜਿਸ ਤੋਂ ਸੂਬੇ ਦੇ ਲੋਕ ਕਾਫੀ ਦੁਖੀ ਹਨ ਅਤੇ ਪੰਜਾਬ ਦੇ ਲੋਕ 19 ਮਈ ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਉਮੀਦਵਾਰਾਂ ਨੂੰ ਆਪਣਾ ਵੋਟ ਪਾ ਕੇ ਕਾਮਯਾਬ ਕਰਨਗੇ। ਉਹਨਾਂ ਸਮੂਹ ਸ਼ਹਿਰ ਵਾਸੀਆਂ ਨੂੰ 19 ਮਈ ਵਾਲੇ ਦਿਨ ਤੱਕੜੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਅਮਰਜੀਤ ਸਿੰਘ ਸੰਧੂ, ਸਰਕਲ ਪ੍ਰਧਾਨ ਤੀਰ ਸਿੰਘ ਢੇਸੀ, ਬਾਬਾ ਸਰੂਪ ਸਿੰਘ ਬੱਛੋਵਾਲ, ਜਸਵੀਰ ਸਿੰਘ ਰੋੜਕਾ ਖੁਰਦ, ਬਲਵੀਰ ਸਿੰਘ ਤੇਹੰਗ, ਸੁਰਿੰਦਰ ਸਿੰਘ ਕਟੌੜਾ, ਗੁਰਮੀਤ ਸਿੰਘ ਜੇਈ, ਸੁਰਿੰਦਰ ਕਾਲੀਆ ਸਾਬਕਾ ਕੌਂਸਲਰ, ਗੁਰਮੀਤ ਸਿੰਘ ਬਾਬਾ, ਬਿਪਨ ਕੁਮਾਰ, ਸੰਜੀਵ ਹੀਰ, ਹੈਪੀ ਮਾਹੀ, ਮੰਡਲ ਪ੍ਰਧਾਨ ਅਸ਼ੋਕ ਭਾਰਦਵਾਜ, ਸੁਦੇਸ਼ ਕੁਮਾਰ ਬਿੱਲਾ, ਬਾਲ ਕ੍ਰਿਸ਼ਨ ਬਾਲਾ, ਜੀਵਨ ਕੁਮਾਰ, ਹਰਮਿੰਦਰਪਾਲ ਸਿੰਘ, ਪ੍ਰੇਮ ਸਿੰਘ ਰਾਣਾ, ਨਛੱਤਰ ਸਿੰਘ ਲੰਬੜਦਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਵਰਕਰ ਮੌਜੂਦ ਸਨ। ਸਵੇਰ ਤੋਂ ਲੈ ਕੇ ਆਉਣ ਤੱਕ ਹਲਕਾ ਫਲੌਰ ਦੇ ਵਿਧਾਨ ਸਭਾ ਦੇ ਪਿੰਡਾਂ ਵਿੱਚ ਅਤੇ ਸ਼ਹਿਰ ਵਿੱਚ ਮੀਟਿੰਗਾਂ ਕੀਤੀਆਂ। ਲੋਕਾਂ ਵੱਲੋਂ ਬੜਾ ਪ੍ਰਵਾਹ ਜਿੱਥੇ ਇਕੱਠ ਹੋ ਰਹੇ ਨੇ ਉੱਥੇ ਬੜਾ ਭਰਪੂਰ ਉੱਥੇ ਸਮਰਥਨ ਦਿੱਤਾ ਜਾ ਰਿਹਾ। ਲੋਕ ਚਾਹੁੰਦੇ ਨੇ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਉਹ ਨਰਿੰਦਰ ਮੋਦੀ ਜੀ ਬਣਾਇਆ ਜਾਵੇ ਔਰ ਪੰਜਾਬ ਵਿੱਚ ਜੋ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਬਜ਼ੁਰਗਾਂ ਨੂੰ ਵੀ ਗੁੰਮਰਾਹ ਕੀਤਾ, ਨੌਜਵਾਨਾਂ ਨੂੰ ਵੀ ਗੁੰਮਰਾਹ ਕੀਤਾ, ਕਿਸਾਨ ਨੂੰ ਵੀ ਗੁੰਮਰਾਹ ਕੀਤਾ, ਪਛੜੇ ਵਰਗ ਦੇ ਲੋਕਾਂ ਨੂੰ ਵੀ ਗੁੰਮਰਾਹ ਕੀਤਾ। ਉਹਨਾਂ ਨੂੰ ਕਿਸਾਨ ਨੂੰ ਕਿਹਾ ਤੁਹਾਡਾ ਹਰ ਕਿਸਮ ਦਾ ਜਿਹੜਾ ਕਰਜ਼ਾ ਚਾਹੇ ਉਹ ਆੜ੍ਹਤੀ ਦਾ, ਚਾਹੇ ਉਹ ਬੈਂਕ ਕੋਆਪਰੇਟਿਵ ਬੈਂਕ ਦਾ, ਚਾਹੇ ਨੈਸ਼ਨਲਾਈਜ਼ ਦਾ ਬੈਂਕ ਦਾ, ਤੁਹਾਡਾ ਸਾਰਿਆਂ ਦਾ ਜਿਹੜਾ ਕਰਜ਼ਾ ਉਹ ਮਾਫ਼ ਕੀਤਾ ਹੈ। ਪਛੜੇ ਵਰਗ ਦੇ ਲੋਕਾਂ ਨੂੰ ਕਿਹਾ ਕਿ ਜਿੱਥੇ ਅੱਗੇ ਬਾਦਲ ਤੁਹਾਨੂੰ ਆਟਾ ਦਾ ਆਟਾ ਮੁਫ਼ਤ ਦਿੰਦਾ, ਦਾਲ ਦਿੰਦਾ, ਮੈਂ ਤੁਹਾਨੂੰ ਘਿਓ ਵੀ ਦਿਆਂਗਾ, ਚਾਹ ਪੱਤੀ ਵੀ ਦਿਆਂਗਾ, ਦੁੱਧ ਵੀ ਦਿਆਂਗਾ। ਔਰ ਬੱਚੀਆਂ ਦਾ ਸ਼ਗਨ ਜਿਹੜਾ ਉਹ 15 ਦੀ ਬਜਾਏ 55,000 ਰੁਪਇਆ ਕਰਾਂ। ਬੱਚਿਆਂ ਨੂੰ ਕਿਹਾ ਕਿ ਘਰ ਘਰ ਤੁਹਾਨੂੰ ਨੌਕਰੀ ਦਿਆਂਗਾ। ਜਿਹਨਾਂ ਨੂੰ ਨੌਕਰੀ ਨਾ ਦੇ ਸਕਿਆ 2500 ਰੁਪਇਆ ਉਹਨਾਂ ਨੂੰ ਪਤਾ ਦਿੱਤਾ ਜਾਏਗਾ। ਔਰ ਬਜ਼ੁਰਗਾਂ ਨੂੰ ਕਹਿਣ ਲੱਗੇ ਕਿ ਤੁਹਾਨੂੰ ਅੱਗੇ 500 ਰੁਪਇਆ ਬਾਦਲ ਦਿੰਦਾ, ਕਹਿਣ ਲੱਗੇ ਮੈਂ 2500 ਰੁਪਇਆ ਤੁਹਾਨੂੰ ਦਿਆਂਗਾ। ਇਸ ਕਰਕੇ ਉਹਨੇ ਝੂਠ ਮਾਰ ਕੇ ਜੋ ਸਰਕਾਰ ਬਣਾਈ ਹੈ ਉਹਨੂੰ ਵੀ ਜਗਾਉਣ ਦੀ ਲੋੜ ਹੈ, ਤਾਂ ਜੋ ਜੇ ਪੰਜਾਬ ਵਿੱਚ ਸਾਰੀਆਂ ਸੀਟਾਂ 13+14 ਸੀਟ ਚੰਡੀਗੜ੍ਹ ਦੀ ਸੀ ਤੁਸੀਂ ਲੋਕ ਸਾਨੂੰ ਜਿਤਾ ਦਿੰਦੇ ਨੇ, ਅਤੇ ਇਹਦਾ ਮੈਸੇਜ ਇਹ ਜਾਏਗਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਗੂੜੀ ਨੀਂਦ ਵਿੱਚ ਸੁੱਤਾ ਉਹ ਵੀ ਜਾਗੇਗਾ ਔਰ ਲੋਕ ਇਹ ਦੱਸਣਗੇ ਕਿ ਜਿਹੜੇ ਅਸੀਂ ਗੱਦੀ 'ਤੇ ਬਿਠਾ ਸਕਦੇ ਹਾਂ ਅਸੀਂ ਗੱਦੀ ਤੋਂ ਲਾਹ ਵੀ ਸਕਦੇ ਹਾਂ। ਇਸ ਕਰਕੇ ਉਹ ਵੀ ਉੱਠੇਗਾ ਸ਼ਾਇਦ ਕੋਈ 2-2.5 ਸਾਲ ਜਿਹੜੇ ਬਾਕੀ ਨੇ ਉਹਦਾ ਸਮਾਂ ਸ਼ਾਇਦ ਉਹ ਕੋਈ ਚੰਗਾ ਕੰਮ ਫਿਰ ਲੋਕਾਂ ਦੇ ਭਲੇ ਦਾ ਉਹ ਕੰਮ ਕਰ ਸਕੇ। ਬਹੁਤ ਧੰਨਵਾਦ। ਅੱਜ ਗ੍ਰਾਂ ਦੇ ਵਿੱਚ ਵਾਰਡ ਨੰਬਰ 9 ਤੋਂ ਅਤੇ 7 ਤੋਂ ਜੋ ਇਹ ਅੱਜ ਮੀਟਿੰਗ ਰੱਖੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੀ, ਉਹਦੇ ਵਿੱਚ ਕਾਫੀ ਯੂਥ ਦਾ, ਇਲਾਕਾ ਵਾਸੀਆਂ ਦਾ ਬਹੁਤ ਵਧੀਆ ਇਕੱਠ ਹੋਇਆ ਅਤੇ ਅਸੀਂ ਅਪੀਲ ਕਰਦੇ ਹਾਂ ਨਗਰ ਵਾਸੀਆਂ ਨੂੰ ਕਿ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾ ਕੇ ਜਿਤਾਓ
ਕਿਉਂਕਿ ਜੋ ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ 10 ਸਾਲ ਦੀ ਕਾਰਗੁਜ਼ਾਰੀ ਸੀ ਉਹ ਬਹੁਤ ਵਧੀਆ ਸੀ, ਬਹੁਤ ਲੋਕਾਂ ਦੇ ਕੰਮ ਹੋਏ। ਹੁਣ ਤੁਸੀਂ ਵੇਖਦੇ ਹੋ ਕਿ ਆ 2 ਸਾਲ ਦੀ ਸਰਕਾਰ ਬਣੀ ਨਹੀਂ ਹੋਇਆ, ਇਹਦੇ ਵਿੱਚ ਕੋਈ ਵੀ ਕੰਮ ਨਹੀਂ ਹੋਇਆ। ਇਹ ਝੂਠ ਦੀਆਂ ਸਰਕਾਰਾਂ, ਝੂਠ ਦੇ ਸਿਰ 'ਤੇ ਸਰਕਾਰਾਂ ਬਣਾ ਕੇ ਬਣੀਆਂ। ਗੁਟਕਾ ਸਾਹਿਬ ਨੂੰ ਇਹਨਾਂ ਨੇ ਸਹੁੰ ਖਾ ਕੇ ਅਤੇ ਲੋਕਾਂ ਨੂੰ ਗੁੰਮਰਾਹ ਕੀਤਾ। ਅਸੀਂ ਚਾਹੁੰਦੇ ਹਾਂ ਕਿ ਜੇਕਰ ਪੰਜਾਬ ਦਾ, ਦੇਸ਼ ਦਾ ਤੁਸੀਂ ਕੁਛ ਬਣਾਉਣਾ ਚਾਹੁੰਦੇ ਹੋ ਤਾਂ ਮੋਦੀ ਸਾਹਿਬ ਨੂੰ ਲਿਆਓ, ਕਿਉਂਕਿ ਮੋਦੀ ਸਾਹਿਬ ਦੀ ਕਾਰਗੁਜ਼ਾਰੀਆਂ ਜੋ ਰਹੀਆਂ ਨੇ ਬਹੁਤ ਅੱਵਲ ਨੰਬਰ 'ਤੇ ਰਹੀਆਂ ਹਨ। ਕਿ ਜਿਹੜਾ ਇੱਕ ਮਤਲਬ ਕਿ ਪਾਕਿਸਤਾਨ ਦੇ ਵਿੱਚ ਜਾ ਕੇ ਅੰਦਰ ਘੁਸ ਕੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕੀਤਾ, ਅਤੇ ਇੱਕ ਉਹ ਡਾਕਟਰ ਮਨਮੋਹਨ ਸਿੰਘ ਜਿਹੜਾ ਬਿਲਕੁਲ ਰਬੜ ਦੀ ਮੋਹਰ ਸੀ, ਜਿਹਨੇ ਬਿਲਕੁਲ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਨਹੀਂ ਕੀਤਾ, ਇੱਕ ਗੈਰ ਸਮਝੌਤਾ ਕਰਕੇ ਅਤੇ ਸਾਡੇ ਲੋਕਾਂ ਦੀ ਇੰਡਸਟਰੀ ਜਿਹੜੀ ਸੀ ਉਹ ਬੰਦ ਕਰਾ ਤੀ। ਮੈਂ ਚਾਹੁੰਦਾ ਹਾਂ ਕਿ ਜੇਕਰ ਦੇਸ਼ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਮੋਦੀ ਸਾਹਿਬ ਦੀ ਸਰਕਾਰ ਲਿਆਓ, ਆਪਣੇ ਚਰਨਜੀਤ ਸਿੰਘ ਅਡਵਾਲ ਨੂੰ ਇੱਥੋਂ ਜਿਤਾ ਕੇ ਵੱਡੀਆਂ ਮੈਂ ਇਹ ਭਰੋਸਾ ਵੀ ਦਵਾਉਣਾ ਕਿ ਇੱਥੋਂ ਅਸੀਂ ਬਹੁਤ ਮਤਲਬ ਕਿ ਬਹੁਤ ਵੱਡੇ ਫਰਕ ਨਾਲ ਜਿੱਤਾਂਗੇ। ਜੋ ਇਸ ਲਈ ਲਹਿਰ ਬਣੀ ਹੈ, ਪੂਰੀ ਅਕਾਲੀ ਦਲ ਦੀ ਲਹਿਰ ਬਣੀ ਹੋਈ ਹੈ। ਮੈਂ ਆਪਣੇ ਸਾਥੀਆਂ ਦਾ, ਸ਼ਹਿਰ ਵਾਸੀਆਂ ਦਾ ਔਰ ਇਲਾਕਾ ਨਿਵਾਸੀਆਂ ਦਾ, ਅਤੇ ਖਾਸ ਤੌਰ 'ਤੇ ਜਿਹੜਾ ਯੂਥ ਆ ਜਾਂ ਇੱਥੇ 400-500 ਯੂਥ ਮੁੰਡਾ ਆਇਆ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।